ਡੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਜਿਵੇਂ ਤੁਹਾਨੂੰ ਦੱਸ ਦੇਈਏ ਕਿ ਸਾਡੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ, ਉਸੇ ਤਹਿਤ ਹੀ ਪਿੰਡ ਵਿਰਕਲਾਂ ਪਹੁੰਚੇ ਹਾਂ ਜਿੱਥੇ ਦੋ ਉਮੀਦਵਾਰ ਨੇ ਜੋ ਸਰਪੰਚੀ ਲਈ ਚੋਣ ਲੜ ਰਹੇ ਨੇ। ਉਹਨਾਂ ਵਿੱਚੋਂ ਡਾਕਟਰ ਗੁਰਚਰਨ ਸਿੰਘ ਉਰਫ ਵੀਰਾ ਸਿੰਘ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਜਿਵੇਂ ਇੱਕ ਡਾਕਟਰੀ ਵੀ ਇੱਕ ਸਮਾਜਿਕ ਪੇਸ਼ਾ ਹੈਗੀ ਹੈ, ਫਿਰ ਤੁਸੀਂ ਕੀ ਲੋੜ ਮਹਿਸੂਸ ਕੀਤੀ ਵੀ ਮੈਂ ਸਰਪੰਚੀ ਚੋਣ ਲੜਾਂ? ਸਭ ਤੋਂ ਪਹਿਲਾਂ ਮੈਂ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤਹਿ ਦਿਲੋਂ ਧੰਨਵਾਦ। ਇਸ ਬਾਈ ਇਸ ਤਰ੍ਹਾਂ ਕਿ ਤਕਰੀਬਨ 20-22 ਸਾਲਾਂ ਤੋਂ ਮੈਂ ਇਸ ਨਗਰ ਦੀ ਇੱਕ ਡਾਕਟਰੀ ਪੇਸ਼ੇ ਦੇ ਤੌਰ 'ਤੇ ਸੇਵਾ ਕਰੀ ਜਾਂਦਾ। ਨਗਰ ਨਿਵਾਸੀ ਮੈਨੂੰ ਬਹੁਤ ਜ਼ਿਆਦਾ ਉਦੋਂ ਤੋਂ ਲੈ ਕੇ ਬਹੁਤ ਮਾਣ ਸਨਮਾਨ ਇੱਜ਼ਤ ਸਤਿਕਾਰ ਬਖਸ਼ ਰਹੇ ਹੈ। ਨੌਜਵਾਨ ਸਾਥੀ ਵੀਰਾਂ ਨੇ ਮੇਰੇ ਵਿੱਚ ਇਹ ਸੇਵਾ ਨੂੰ ਦੇਖਦੇ ਹੋਏ ਅੱਗੇ ਹੋਰ ਸੇਵਾ ਦੀ ਉਮੀਦ ਕੀਤੀ ਹੈ। ਅਤੇ ਕੀ ਮੁੱਦੇ ਹੈਗੇ ਆ ਤੁਹਾਨੂੰ ਲੱਗਦਾ ਵੀ ਜੇ ਤੁਸੀਂ ਸਰਪੰਚ ਬਣ ਜਾਂਦੇ ਹੋ ਅਤੇ ਕੀ ਕੰਮ ਕਰੋਗੇ ਲੋਕਾਂ ਦੇ? ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮੈਂ ਜੋ ਕਮੀ ਮਹਿਸੂਸ ਕੀਤੀ ਗਈ ਹੈ, ਜਿਸ ਤਰ੍ਹਾਂ ਕਿ ਸਾਡੇ ਪਾਣੀ ਦੀ ਵਾਟਰ ਵਰਕਸ ਵਿੱਚ ਪਾਣੀ ਦੀ ਬੜੀ ਪ੍ਰੋਬਲਮ ਹੈ। ਇਸ ਦਾ ਵੀ ਪਹਿਲ ਦੇ ਤੌਰ 'ਤੇ ਮੈਂ ਇੱਕ ਮੇਰੇ ਇੱਛਾ ਕਿ ਮੈਂ ਮੱਛੀ ਮੋਟਰ ਲਾ ਕੇ ਇਹ ਸਮੱਸਿਆ ਨੂੰ ਹੱਲ ਕਰਨਾ, ਤਾਂ ਕਿ ਜਦੋਂ ਬੰਦੀ ਆ ਜਾਂਦੀ ਹੈ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਦਿੱਕਤ ਆਉਂਦੀ ਹੈ। ਸਭ ਤੋਂ ਪਹਿਲਾਂ ਮੈਂ ਇਸ ਸਮੱਸਿਆ ਨੂੰ ਇਸ ਹੱਲ ਕਰਨਾ ਅਤੇ ਇਸ ਨੂੰ ਇਸੇ ਕੰਮ ਤੋਂ ਹੀ ਸ਼ੁਰੂਆਤ ਕਰਕੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦੀ ਬਹੁਤ ਜ਼ਿਆਦਾ ਸਮੱਸਿਆ ਸਾਡੀ, ਤਾਂ ਕਿ ਜਿਸ ਨਾਲ ਕਿ ਬਿਮਾਰੀਆਂ ਬਹੁਤ ਜ਼ਿਆਦਾ ਫੈਲਦੀਆਂ, ਪਾਣੀ ਦੀ ਸਪਲਾਈ ਆ ਜਿਹੜੀ ਸਹੀ ਨਹੀਂ ਹੋ ਰਹੀ, ਥਾਂ ਥਾਂ 'ਤੇ ਬਹੁਤ ਜ਼ਿਆਦਾ ਚਿੱਕੜ ਖੜ੍ਹਾ। ਤੀਸਰਾ ਜੋ ਮੇਰੇ ਮਨ ਦੇ ਵਿੱਚ ਹੈ ਕਿ ਮੈਂ ਸਾਡੇ ਪਿੰਡ ਨੂੰ ਪਿੰਡ ਦੇ ਨੌਜਵਾਨ ਬਜ਼ੁਰਗਾਂ ਅਤੇ ਸਾਡੇ ਬੱਚਿਆਂ ਨੇ ਮੇਰੇ 'ਤੇ ਬਹੁਤ ਵੱਡੀਆਂ ਉਮੀਦਾਂ ਰੱਖੀਆਂ ਕਿ ਮੈਂ ਮੇਰੇ ਇਹ ਨਸ਼ੇ ਦੇ ਪ੍ਰਤੀ ਵੀ ਸਭ ਨੂੰ ਮੈਂ ਪਹਿਲ ਦੇ ਆਧਾਰ 'ਤੇ ਨਸ਼ਾ ਮੁਕਤ ਕਰਨਾ ਪਿੰਡ ਨੂੰ। ਅਤੇ ਅਸੀਂ ਇੱਕ ਪਿੰਡ ਦੇ ਨੌਜਵਾਨਾਂ ਵੀ ਗੱਲਬਾਤ ਕਰਾਂਗੇ। ਜਸਪਾਲ ਸਿੰਘ ਜੀ, ਤੁਹਾਨੂੰ ਕਿਵੇਂ ਲੱਗਦਾ ਜਿਵੇਂ ਇੱਕ ਤਾਂ ਇਹ ਹੈਗਾ ਵੀ ਲੋਕ ਅਨਪੜ੍ਹਾਂ ਦੀ ਬਜਾਏ ਪੜ੍ਹੇ ਲਿਖੇ ਚਾਹੁੰਦੇ ਆ ਵੀ ਸਰਪੰਚ ਚੁਣੇ ਜਾਣ, ਜਿਵੇਂ ਡਾਕਟਰ ਸਾਹਿਬ ਵੀ ਪੜ੍ਹੇ ਲਿਖੇ ਨੇ, ਅਤੇ ਇਹਨਾਂ ਬਾਰੇ ਦੱਸੋ ਕੀ ਗੱਲਬਾਤ ਹੈ? ਪਹਿਲਾਂ ਤਾਂ ਸਾਰੀ ਟੀਮ ਦਾ ਸੁਣ ਪਹੁੰਚਣ 'ਤੇ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਜੀ, ਸਾਡੇ ਨਗਰ ਨੇ ਜੀ ਪੜ੍ਹਿਆ ਲਿਖਿਆ ਸੂਝਵਾਨ ਜੀ ਇਮਾਨਦਾਰ ਇੱਕ ਉਮੀਦਵਾਰ ਦੀ ਚੋਣ ਕੀਤੀ ਜੀ, ਅਸੀਂ ਸਾਰੇ ਨਗਰ ਨੇ ਕੀਤੀ ਜੀ, ਸਾਨੂੰ ਇਸ ਉਮੀਦਵਾਰ ਤੋਂ ਬਹੁਤ ਉਮੀਦਾਂ ਜੀ। ਸਾਡੇ ਜੀ ਪਹਿਲਾਂ ਤਾਂ ਵਾਟਰ ਵਰਕਸ ਦੇ ਜੀ ਖਸਤਾ ਹਾਲਤ ਹੈ ਜੀ, ਉਹਦੀ ਟੈਂਕੀ ਉਹ ਜੀ, ਫਿਰ ਸਾਡੀਆਂ ਗਲੀਆਂ ਨਾਲੀਆਂ ਜੀ ਬਹੁਤ ਉਹ ਆ ਜੀ, ਚੱਕੜ ਹੁੰਦਾ ਜੀ, ਅਤੇ ਖਾਲੇ ਸਾਡੇ ਪੱਕੇ ਕਰਨੇ ਆ ਜੀ ਅਸੀਂ, ਅਸੀਂ ਇਹ ਡਾਕਟਰ ਤੋਂ ਉਮੀਦਾਂ ਸਾਡੇ 'ਤੇ ਜਾਂ ਨਸ਼ੇ ਜਾਂ ਮੈਡੀਕਲ ਨਸ਼ਾ ਖਾਸ ਕਰਕੇ ਜ਼ਿਆਦਾ ਪਿੰਡਾਂ 'ਚ ਵਰਤਾਇਆ ਜਾਂਦਾ ਅਤੇ ਉਹ ਚੱਲ ਵੀ ਰਿਹਾ, ਇਹਦੇ ਬਾਰੇ ਕੀ ਕੰਟਰੋਲ ਹੋਊਗਾ ਜੇ ਤੁਸੀਂ ਸਰਪੰਚ ਬਣ ਜਾਂਦੇ? ਹੁਣ ਜਦੋਂ ਮੇਰੇ ਕੋਲ ਪਾਵਰ ਆ ਗਈ ਅਤੇ ਮੈਂ ਹੋਰ ਵੀ ਨੌਜਵਾਨ ਸਾਥੀ ਵੀਰਾਂ ਨੂੰ ਨਾਲ ਲੈ ਕੇ ਇਹ ਬਿਲਕੁਲ ਹੀ ਪਿੰਡ ਨੂੰ ਨਸ਼ਾ ਮੁਕਤ ਕਰਕੇ ਦਿਖਾਉਣਾ ਜੀ। ਵੈਸੇ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਕੋਈ ਐਸੀ ਗੱਲ ਨਹੀਂ, ਨਸ਼ਾ ਬਹੁਤ ਘੱਟ ਹੈ ਆਸੇ ਪਾਸੇ ਦੇ ਏਰੀਏ ਨੂੰ, ਪਰ ਜੋ ਥੋੜ੍ਹਾ ਬਹੁਤਾ ਹੋ ਰਿਹਾ
ਅਸੀਂ ਇਹ ਵੀ ਕਲੀਅਰ ਕਰਦੇ ਹਾਂ। ਤੁਸੀਂ ਕਿਵੇਂ ਦੇਖਦੇ ਹੋ ਵੀ ਜਿਵੇਂ ਤੁਸੀਂ ਇਹਨਾਂ ਨਾਲ ਕੰਪੇਨ ਕਰਵਾ ਰਹੇ ਹੋ ਹਨਾ ਚੋਣਾਂ ਵਾਸਤੇ, ਅਤੇ ਜੇ ਤੁਹਾਡੀ ਮੰਨ ਲਓ ਜਿਹੜੀ ਪੰਚਾਇਤ ਆ ਬਣਦੀ ਹੈ ਅਤੇ ਨੌਜਵਾਨਾਂ ਵਾਸਤੇ ਕੀ ਖਾਸ ਹੋਊਗਾ, ਕਿਉਂਕਿ ਨੌਜਵਾਨ ਜੋ ਹੁੰਦੇ ਆ ਦੇਸ਼ ਦੀ ਰਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਪਿੰਡ ਦੀ ਵਾਸਤੇ ਵੀ? ਬਿਲਕੁਲ ਜੀ, ਬਹੁਤ ਵਧੀਆ ਸਾਡੇ ਪਿੰਡ ਵਾਸੀਆਂ ਦੀ ਸੋਚ ਹੈ। ਜੋ ਇਸ ਤਰ੍ਹਾਂ ਦਾ ਨੌਜਵਾਨ ਜੋ ਡਾਕਟਰ ਗੁਰਚਰਨ ਵੀਰ ਹੈ, ਬਹੁਤ ਉਮੀਦਾਂ ਨੇ ਇਹਨਾਂ ਤੋਂ। ਖਾਸ ਕਰਕੇ ਜਿਵੇਂ ਆਪਾਂ ਕਹਿੰਦੇ ਪਿੰਡ ਦਾ ਵੀ ਵਿਕਾਸ ਜਦੋਂ ਉਦੋਂ ਹੁੰਦਾ ਜਦੋਂ ਨੌਜਵਾਨ ਅੱਗੇ ਹੁੰਦੇ ਆ, ਨੌਜਵਾਨ ਪੜ੍ਹੇ ਲਿਖੇ ਹੁੰਦੇ ਆ, ਨੌਜਵਾਨ ਨਸ਼ਾ ਮੁਕਤ ਹੁੰਦੇ ਆ, ਔਰ ਉਸ ਤੋਂ ਬਾਅਦ ਨੌਜਵਾਨ ਦੇਸ਼ ਦੀ ਵੀ ਰੀੜ੍ਹ ਦੀ ਹੱਡੀ ਹੁੰਦੇ ਆ। ਆਪਾਂ ਵਿਕਾਸ ਦੀ ਗੱਲ ਕਰੀਏ, ਸ਼ੁਰੂਆਤ ਪਿੰਡ ਤੋਂ ਕਰਦੇ ਹਾਂ। ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਸਰਪੰਚ ਹੋਣਾ ਚਾਹੀਦਾ ਹੈ ਜੋ ਪਿੰਡ ਦੇ ਨੌਜਵਾਨ ਵੀਰਾਂ ਵਾਸਤੇ ਜਿੱਦਾਂ ਕਿ ਜਿੰਮ ਦਾ ਪ੍ਰੋਗਰਾਮ ਹੋ ਗਿਆ, ਹੋਰ ਗੇਮਸ ਹੋ ਗਈਆਂ, ਕਈ ਖੇਡਾਂ ਹੁੰਦੀਆਂ, ਉਹਨਾਂ ਦੇ ਵਿੱਚ ਪਹਿਲ ਕਰੇ, ਉਹਨਾਂ ਦਾ ਸਾਥ ਦੇਵੇ। ਔਰ ਜੋ ਗੱਲ ਡਾਕਟਰ ਸਾਹਿਬ ਤੋਂ ਦੱਸਦੇ ਆ ਨਸ਼ੇ ਦੀ ਗੱਲ, ਨਸ਼ੇ ਨੂੰ ਇਹ ਪਹਿਲ ਦੇ ਆਧਾਰ 'ਤੇ ਲੈ ਕੇ ਚੱਲੇ ਵੀ ਨਸ਼ਾ ਆਪਾਂ ਮੁਕਤ ਕਰਨਾ ਪਿੰਡ ਨੂੰ ਖਾਸ ਤੌਰ 'ਤੇ। ਜੇ ਪਿੰਡ ਦੇ ਤੌਰ 'ਤੇ ਆਪਾਂ ਸੋਚੀਏ, ਪਹਿਲਾਂ ਪਿੰਡ ਮੁਕਤ ਹੋਣਗੇ, ਉਸ ਤੋਂ ਬਾਅਦ ਸ਼ਹਿਰ ਹੋਣਗੇ, ਫਿਰ ਪੂਰਾ ਦੇਸ਼ ਹੋਊਗਾ। ਅਤੇ ਸਾਡੇ ਪਿੰਡ ਵੱਲੋਂ, ਸਾਡੇ ਨੌਜਵਾਨ ਵੱਲੋਂ, ਜਿੰਨੇ ਵੀ ਸਾਡੇ ਵੀਰ ਨਾਲ ਸਾਡੇ ਤੁਰੇ ਨੇ, ਇੱਕ ਬੜੇ ਹੌਂਸਲੇ ਨਾਲ ਤੁਰੇ ਨੇ ਡਾਕਟਰ ਦੇ ਗੁਰਚਰਨ ਦੇ ਨਾਲ, ਕਿਉਂਕਿ ਇਹ ਇੱਕ ਡਾਕਟਰ ਨੇ ਪਿੰਡ ਦੇ ਵਿੱਚ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ। ਔਰ ਜੋ ਗੱਲ ਕਰੀਏ ਨਸ਼ੇ ਦੀ, ਨਸ਼ੇ ਦੇ ਬਿਲਕੁਲ ਵਿਰੁੱਧ ਨੇ ਪਹਿਲਾਂ ਤੋਂ ਹੀ, ਔਰ ਜੇ ਜਦੋਂ ਇਹ ਬਣ ਜਾਂਦੇ ਆ ਤਾਂ ਬਹੁਤ ਵਧੀਆ, ਸਾਨੂੰ ਖੁਸ਼ੀ ਹੋਊਗੀ, ਸਾਡਾ ਪਿੰਡ ਨਸ਼ਾ ਮੁਕਤ ਹੋਊਗਾ, ਸਾਡੇ ਨੌਜਵਾਨ ਇੱਕ ਵਧੀਆ ਉੱਭਰ ਕੇ ਆਪਣੇ ਜ਼ਿਲ੍ਹੇ ਦੇ ਵਿੱਚੋਂ, ਪਿੰਡ ਦੇ ਵਿੱਚੋਂ ਤਾਂ ਜ਼ਿਲ੍ਹੇ ਦੇ ਵਿੱਚ ਉੱਭਰ ਕੇ ਅੱਗੇ ਆਉਣਗੇ, ਔਰ ਚੰਗੇ ਖਿਡਾਰੀ ਬਣਨਗੇ, ਔਰ ਚੰਗੇ ਕੰਮਾਂ ਦੇ ਵਿੱਚ ਸਾਡਾ ਸਾਥ ਦੇਣਗੇ। ਦਾਦਾ ਜੀ, ਜਿਵੇਂ ਹੁਣ 30 ਤਰੀਕ ਨੂੰ ਜਿਹੜੀਆਂ ਵੋਟਾਂ ਪੈ ਜਾਣਗੀਆਂ, ਅਤੇ ਤੁਸੀਂ ਕੀ ਸੋਚਦੇ ਹੋ ਵੀ ਕਿਹੋ ਜਿਹਾ ਸਰਪੰਚ ਹੋਣਾ ਚਾਹੀਦਾ? ਸਾਨੂੰ ਤਾਂ ਸਰਪੰਚ ਵਧੀਆ ਚਾਹੀਦਾ ਹੈ, ਜਿਹੜੇ ਸਾਰਿਆਂ ਦੇ ਕੰਮ ਕਰੇ, ਹੈ ਨਾ, ਵੀ ਪੜ੍ਹਿਆ ਲਿਖਿਆ ਚਾਹੀਦਾ ਸਾਨੂੰ, ਹਾਂ, ਪਿੰਡ ਨੂੰ ਸਾਰਿਆਂ ਨੂੰ ਇੱਕ ਅੱਖ ਨਾਲ ਹੀ ਚੱਕ ਕੇ, ਵੀ ਕਿਸੇ ਨੂੰ ਪਾੜੇ ਨਾ, ਹੈ ਨਾ, ਇੱਕ ਇਹਦੇ ਵਿੱਚ ਲੰਘੇ। ਹਾਂ, ਅਤੇ ਇਹ ਸਨ ਵੀਰਵਾ ਡਾਕਟਰ ਗੁਰਚਰਨ ਸਿੰਘ ਉਰਫ ਡਾਕਟਰ ਵੀਰਾ ਸਿੰਘ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਦੇ ਚੋਣ ਏਜੰਡੇ ਨੇ ਅਤੇ ਉਹਨਾਂ ਦੇ ਜੋ ਸਮਰਥਕਾਂ ਨੇ ਗੱਲਬਾਤ ਕੀਤੀ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਦਿਲਬਾਗ ਜ਼ਖਮੀ ਦੇ ਨਾਲ ਬਠਿੰਡਾ ਤੋਂ ਸੁਰਿੰਦਰਪਾਲ ਸਿੰਘ ਦੀ ਰਿਪੋਰਟ।